सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। जिला श्री मुक्तसर साहिब दे पिंड दोदा विखे जमीनी विवाद नू लेके दो तरह विचकार झगड़ा होंदा मामला सामने आया है, जिसकी वीडियो भी सोशल मीडिया ते वायरल हो रही है, जिस च एक औरत नाल बुरी तरह कुटमार की थी गई, जिस दी कुछ लाइव तस्वीरां भी सामने आईयां ने। पीड़ित औरत जो सरकारी हस्पताल दे विच चिरे इलाज है, उसने दस्या कि पिंड विच उन्हां दी जगह है, जिस दा कि अदालत विच केस चलदा है, ते स्टे आर्डर भी मिलिया होया है, जिस ते दूजी धिर दे लोक धक्के नाल कब्जा कर रहे सी। जदों उन्हां नूं रोकिया गया तां उन्हां ने औरत दी ही डांगा नाल कुटमार की। ਕੱਲ ਜੀ ਅਸੀਂ ਸਾਡੇ ਥਾਂ ਤੇ ਸਟੇ ਹੋਈ ਵੀ ਸੀਗੀ, ਕੇਸ ਚੱਲੀ ਜਾਂਦਾ ਸੀਗਾ, ਇਹਨਾਂ ਨੇ ਧੱਕੇ ਨਾ ਨਾਪਿਆ ਜੀ, ਮਨਦੀਪ ਸਿੰਘ ਮੇਜਰ ਸਿੰਘ ਨੇ, ਅਤੇ ਜੀ ਜਦੋਂ ਅਸੀਂ ਰੋਕਣ ਗਏ ਵੀ ਸਟੇ ਮਿਲਿਆ ਹੋਇਆ ਸੀ ਵੀ ਇਹ ਥਾਂ 'ਚ ਵੜਨਾ ਨਹੀਂ ਕਿਸੇ ਨੇ, ਜਦੋਂ ਅਸੀਂ ਰੋਕਣ ਗਏ ਦੁਕਾਨ ਪਾਉਂਦੇ ਸੀ, ਜਦੋਂ ਅਸੀਂ ਰੋਕਣ ਗਏ ਬੁੜੀਆਂ ਗੰਗਾਂ ਸੀ ਜੀ, ਅਤੇ ਸਾਨੂੰ ਇਹ ਡਾਂਗਾਂ ਨਾਲ ਡਹਿ ਗਏ। ਮੇਜਰ ਸਿੰਘ ਨੇ ਮੇਰੀਆਂ ਜੁੰਡੇ ਫੜ ਕੇ ਧੂਇਆ, ਮੇਰੀ ਇੱਜ਼ਤ ਨੂੰ ਹੱਥ ਪਾਇਆ, ਮੇਰੇ ਕੱਪੜੇ ਪਾੜੇ, ਇਹ ਮੈਨੂੰ ਧੂ ਕੇ ਲੱਤਾਂ ਮਾਰੀਆਂ ਮੇਰੇ ਢਿੱਡ 'ਚ, ਇਹ ਗਾਂਹ ਲਿਜਾਣ ਲੱਗੇ ਇੱਜ਼ਤ ਨੂੰ ਪੈਂਦੇ ਸੀ ਮੇਰੀ ਨੂੰ ਜੀ। ਜਦੋਂ ਅਸੀਂ ਦੋਨੇ ਬੁੜੀਆਂ ਮੇਰਾ ਦਿਓਰ ਛਡਾਉਣ ਗਿਆ, ਉਹਨਾਂ ਨੂੰ ਇਹਨਾਂ ਨੇ ਡਾਂਗਾਂ ਨਾਲ ਉੱਥੇ ਕੁੱਟ ਸਿੱਟਿਆ। ਇਹਨਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ, ਸਖ਼ਤ ਤੋਂ ਸਖ਼ਤ। ਮੈਂ ਤਾਂ ਇਹੀ ਇਨਸਾਫ ਚਾਹੁੰਦੀ ਹਾਂ। ਪੁਲਿਸ ਨੂੰ ਨਹੀਂ ਤੁਸੀਂ ਕਿਹਾ ਕੁਛ? ਪੁਲਿਸ ਨੂੰ ਕਿਹਾ ਸੀ ਜੀ, ਅਸੀਂ ਸਾਨੂੰ ਧੱਕੇ ਮਾਰੇ, ਸਾਡੇ ਬਜ਼ੁਰਗਾਂ ਨੂੰ ਵੀ ਧੱਕੇ ਮਾਰੇ, ਸਾਡੇ ਬਜ਼ੁਰਗ ਨਾਲ ਸੀ, ਇਹਨਾਂ ਨੂੰ ਵੀ ਕੁੱਟਿਆ ਉਹਨਾਂ ਨੇ, ਉਹਨਾਂ ਨੇ ਸਾਡੇ 'ਤੇ ਹਮਲਾ ਕਰਵਾਇਆ, ਧੱਕੇ ਨਾਲ ਸਾਨੂੰ ਗੱਡੀਆਂ 'ਚ ਵਾੜਿਆ, ਮੈਨੂੰ ਕਹਿੰਦੇ ਤੇਰੇ 'ਤੇ ਚਪੇੜੇ ਮਾਰਾਂਗੇ ਵੀ ਤੂੰ ਇੰਨਾ ਬੋਲਦੀ ਆ, ਅਸੀਂ ਨਾ ਬੋਲਦੀਆਂ ਤਾਂ ਸਾਨੂੰ ਇਨਸਾਫ ਨਹੀਂ ਮਿਲਦਾ ਸੀ। ਕੀ ਮੰਗ ਕਰਦੇ ਹੋ ਜੀ? ਅਸੀਂ ਆਹੀ ਮੰਗ ਆ ਵੀ ਸਾਨੂੰ ਤਾਂ ਇਨਸਾਫ ਹੋਣਾ, ਸਾਡੀ ਜਗ੍ਹਾ ਸਾਨੂੰ ਮਿਲਣੀ ਚਾਹੀਦੀ ਹੈ, ਸਾਡੀ 50 ਸਾਲਾਂ ਦੀ ਪੁਰਾਣੀ ਜਗ੍ਹਾ। ਇਸ ਬਾਰੇ ਦੂਜੀ ਧਿਰ ਨੇ ਦੱਸਿਆ ਕਿ ਇਸ ਜਗ੍ਹਾ ਤੇ ਉਹਨਾਂ ਦੀ ਮਾਲਕੀ ਹੈ ਤੇ ਦੁਕਾਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਬਾਤ ਇਹ ਹੋਈ ਹੈ ਜੀ, ਸਾਡਾ ਉੱਥੇ ਸਾਈਕਲਾਂ ਦਾ ਸਮਾਨ ਨਾ ਜਿਹੜਾ ਬੱਚਿਆਂ ਦੇ ਖਿਡੌਣੇ ਆ, ਉਹ ਸਟੋਰ ਸੀਗਾ ਉੱਥੇ ਜੀ। ਅਸੀਂ ਉੱਥੇ ਰੋਜ਼ਾਨਾ ਦੀ ਤਰ੍ਹਾਂ ਨਾਲ ਸਫਾਈ ਕਰਦੇ ਸੀਗੇ ਜੀ ਸਾਈਕਲ ਵਗੈਰਾ। ਉੱਥੇ ਜਿਹੜਾ ਮੇਰਾ ਇੱਕ ਕਰਿੰਦਾ ਹੈਗਾ ਜੀ, ਉਹਨੂੰ ਮੈਂ ਛੱਡਿਆ, ਆਪ ਮੈਂ ਇੱਧਰਲੀ ਦੁਕਾਨ 'ਤੇ ਆ ਗਿਆ ਜੀ। ਉਹ ਜਿਹੜੀ ਜਗ੍ਹਾ ਹੈ ਉਹ ਸਾਡੇ ਤਾਇਆ ਗਾਹਵਾ ਸਿੰਘ ਦੀ ਹੈ ਜੀ, ਸਾਡੇ ਵੱਡੇ ਵੱਡੇ ਰਹਿੰਦੇ, ਸਾਡੀ ਉਹ ਦੁਕਾਨ ਸੀਗੀ ਜੀ। ਇਹਨਾਂ ਨੇ ਜਦੋਂ ਮੈਂ ਇੱਧਰ ਆ ਗਿਆ ਸਮਾਨ ਚੱਕ ਚੱਕ ਬਾਹਰ ਮਾਰਿਆ ਜੀ, ਮੈਂ ਜੋ ਉੱਥੇ ਗਿਆ ਜੀ, ਮੈਨੂੰ ਫੋਨ ਗਿਆ ਵੀ ਸਮਾਨ ਬਾਹਰ ਸੁੱਟੀ ਜਾਂਦੇ ਆ, ਇਹ ਬੰਦੇ ਸੀ ਜਿਹੜੇ ਜੀ ਉੱਥੇ ਮੱਲੋ ਮੱਲੀ ਅੰਦਰ ਵੜ ਗਏ ਜੀ, ਅਸੀਂ ਉੱਥੇ ਹੱਥੋਂ ਪਾਈ ਹੋਏ ਜੀ, ਅਤੇ ਆਹ ਗੱਲ ਆ ਸਾਰੀ ਜੀ। ਸਾਡੇ ਜੋ ਮਾਲ ਮਹਿਕਮੇ ਦੇ ਰਿਕਾਰਡ ਹੈ ਉਹ ਅਸੀਂ ਪਟਵਾਰੀ ਸਾਹਿਬ ਨੇ, ਕਾਨੂੰਗੋ ਸਾਹਿਬ ਨੇ, ਉਹ ਸਾਰੇ ਅਫਸਰਾਂ ਨੂੰ ਅਸੀਂ ਦੇ ਚੁੱਕੇ ਹਾਂ ਜੀ, ਉਹ ਸਾਡੇ ਕਾਗਜ਼ਾਂ ਜਿਹੜੇ ਮਾਲਕ ਜੀ ਉਹ ਸਹੀ ਹੈ। ਇਹ ਜਿਹੜਾ ਜਗ੍ਹਾ ਕਹਿੰਦੇ ਸਾਡੀ ਹੈ, ਇਹਨਾਂ ਦੀ ਇਹ ਜਗ੍ਹਾ ਨਹੀਂ ਜੀ, ਸਾਡਾ ਹੀ ਕਾਗਜ਼ਾ ਪਹਿਲਾਂ ਅਤੇ ਸਾਡਾ ਹੀ ਹੋਣਾ ਜੀ, ਸਾਡਾ ਹੀ ਉੱਥੇ ਸਮਾਨ ਪਿਆ ਸੀ, ਇੱਧਰੋਂ ਹੱਥ ਪਾਇਆ, ਇੱਜ਼ਤ ਨੂੰ ਅਸੀਂ ਕੋਈ ਹੱਥ ਨਹੀਂ ਪਾਇਆ। ਜੇ ਕਿਸੇ ਦੇ ਘਰ ਕੋਈ ਆ ਕੇ ਮੱਲੋ ਮੱਲੀ ਵੱਢਦਾ ਹੈ ਉਹਨੂੰ ਖਿੱਚ ਕੇ ਬਾਹਰ ਤੱਕ ਕਰਨਾ ਹੈਗਾ ਜੀ। ਇੱਜ਼ਤ ਨੂੰ ਜਿਹੜਾ ਹੱਥ ਸੜਕਾਂ ਦੇ ਕਿਨਾਰਿਆਂ 'ਤੇ ਨੂੰ ਪੈਂਦਾ ਜੀ, ਇਹ ਸਭ ਨੂੰ ਪਤਾ ਹੀ ਹੈ ਜੀ, ਇਹ ਬਿਲਕੁਲ ਝੂਠੀ ਗੱਲ ਹੈ ਜੀ। ਲੇਡੀਜ਼ ਲੈ ਕੇ ਸਾਡੇ ਮਕਾਨ 'ਤੇ ਨਜਾਇਜ਼ ਕਾਗਜ਼ਾ ਕਰਨਾ ਚਾਹੁੰਦੇ ਹਨ ਜੀ, ਜੋ ਸਰਾਸਰ ਗਲਤ ਹੈ। ਸਾਡਾ ਜਿਹੜਾ ਸਮਾਨ ਆ ਉਹ ਚੌਂਕੀ ਪਿਆ ਜੀ, 21 ਸਾਈਕਲ ਹੈ ਜੀ, ਉਹ ਇਹਨਾਂ ਨੇ ਚੌਂਕੀ ਬੁਲਾ ਦਿੱਤੀ, ਬਣਦੀ ਕਾਰਵਾਈ ਕੀਤੀ ਜਾਵੇ, ਸਾਡਾ ਮਾਲ ਸਾਨੂੰ ਵਾਪਸ ਦਵਾਇਆ ਜਾਵੇ। ਇਸ ਸੰਬੰਧੀ SHO ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਦਾ ਕਿਸੇ ਜਗ੍ਹਾ ਨੂੰ ਲੈ ਕੇ ਵਿਵਾਦ ਸੀ, ਜਿਸ ਨੂੰ ਲੈ ਕੇ ਪੀੜਤ ਔਰਤ ਦੇ ਬਿਆਨਾਂ ਤੇ 4 ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ। ਇਹਨਾਂ ਨਾਲ ਕੋਈ ਜਗ੍ਹਾ ਨੂੰ ਲੈ ਕੇ ਸੀਗਾ ਟਾਇਲਟ ਦਾ, ਹਾਂਜੀ, ਤੇ ਜਿਹਦੇ ਪਿੱਛੇ ਕੱਲ ਇਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਹੋ ਗਿਆ, ਤੇ ਉਹਦੇ ਵਿੱਚ ਇਹ ਆਪਣੇ ਅਮਨਦੀਪ ਕੌਰ ਪਤਰਿੰਦਰਜੀਤ ਸਿੰਘ ਵਾਸੀ ਦੋਦਾ ਦੇ ਬਿਆਨ ਪਰ 4 ਵਿਅਕਤੀਆਂ ਤੇ, ਜਿਨ੍ਹਾਂ ਨੇ ਤੁਸੀਂ ਵੀਡੀਓ ਦੇ ਵਿੱਚ ਉਹਦੀ ਕੁੱਟਮਾਰ ਕੀਤੀ ਸੀ, ਉਸ 'ਤੇ ਮੁਕੱਦਮਾ ਨੰਬਰ 295 ਦਰਜ ਕੀਤਾ ਗਿਆ, ਅਤੇ ਉਸ ਦੇ ਮੁਤਾਬਕ ਹੁਣ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਸ਼੍ਰੀ ਮੁਕਤਸਰ ਸਾਹਿਬ ਤੋਂ ਬਿਊਰੋ ਰਿਪੋਰਟ NC7 ਨਿਊਜ਼।